खड़े होकर पानी पीने ना साडे शरीर नूं केड़े बड़े नुकसान हुंदे ने, क्यों पंज आदमी 8000 सालां दे लई एक गेम दे विचों बैन हो गए, तुहानूं पानी दे विच डुब रहे कंगारू दी जान क्यों नहीं बचाउणी चाहीदी, असीं जेकर प्लेन दे विच फ्लाइट मोड ऑन नहीं करांगे तां की हो जावेगा। अजिही रोचक तत्थ जानने लई जुड़े रहो मेरे नाल, मैं तुहाडा होस्ट जसप्रीत सिंह, तुसीं देख रहे हो जोड़ टीवी। ਤੁਸੀਂ ਇਲੋਨ ਮਸਕ ਬਾਰੇ ਤਾਂ ਜਾਣਦੇ ਹੋਵੋਗੇ, ਇਹ ਉਸ ਦੀ ਕਾਪੀ ਹੈ ਵਾਈਲੋਂਗ ਮਸਕ। ਹਾਲ ਹੀ ਦੇ ਵਿੱਚ ਚੀਨ ਦੇ ਵਿੱਚ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਇਆ ਹੈ, ਜਿਸ ਦੇ ਵਿੱਚ ਇਹ ਆਦਮੀ ਜੋ ਬਿਲਕੁਲ ਇਲੋਨ ਮਸਕ ਵਰਗਾ ਦਿਸਦਾ ਹੈ, ਇਹ ਥੋੜਾ ਬਹੁਤਾ ਨਹੀਂ ਬਲਕਿ ਇਲੋਨ ਮਸਕ ਦੀ ਪੂਰੀ ਕਾਰਬਨ ਕਾਪੀ ਹੈ। एक बहुत ही इंटरेस्टिंग फैक्ट है कि जिहड़ी ईगल हुंदी है, जेकर उसके एक साइड से कुछ फंघ निकल जाते हैं तो सेम उन्ने ही साइज दे ते उन्ने ही पंख अपनी दूजी साइड तो भी कढ दिंदी है ताकि उसका बैलेंस बनिया रहे। ਇਹ ਦੁਨੀਆ ਦੇ ਸਭ ਤੋਂ ਮੁਸ਼ਕਲ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਹੈ ਕਿ ਜੇਕਰ ਦੋ ਲੋਕ ਚੈਸ ਖੇਡ ਰਹੇ ਨੇ, ਜੇ ਉਹਨਾਂ ਦੋਨਾਂ ਦੇ ਵਿੱਚੋਂ ਇੱਕ ਕੋਈ ਫਿਊਚਰ ਦੇਖ ਸਕਦਾ ਹੈ ਤੇ ਦੂਸਰਾ ਮਾਈਂਡ ਪੜ੍ਹ ਸਕਦਾ ਹੈ, ਤਾਂ ਇਹਨਾਂ ਦੋਨਾਂ ਦੇ ਵਿੱਚੋਂ ਕੌਣ ਜਿੱਤੇਗਾ? ਤੁਸੀਂ ਕਿੰਨਾ ਵੀ ਸੋਚੋ, ਇਸ ਦਾ ਸੋਲੂਸ਼ਨ ਕੋਈ ਵੀ ਨਹੀਂ ਨਿਕਲੇਗਾ। ਤੁਸੀਂ ਇਸ ਫੋਟੋ ਦੇ ਵਿੱਚ ਦੇਖੋ, ਇਹ ਪੈਟਰੋਲ ਦਾ ਸਭ ਤੋਂ ਪਿਓਰ ਫਾਰਮ ਹੈ, ਯਾਨੀ ਕਿ ਜਦੋਂ ਪੈਟਰੋਲ ਨੂੰ ਧਰਤੀ ਦੇ ਵਿੱਚੋਂ ਕੱਢਿਆ ਜਾਂਦਾ ਹੈ ਉਹ ਇਸ ਤਰ੍ਹਾਂ ਦਾ ਲੱਗਦਾ ਹੈ। ਇਸ ਤੋਂ ਬਾਅਦ ਇਸ ਦੇ ਵਿੱਚ ਕਈ ਅਲੱਗ-ਅਲੱਗ ਕੈਮੀਕਲ ਪਾਏ ਜਾਂਦੇ ਨੇ ਜਿਸ ਦੇ ਨਾਲ ਇਸ ਦਾ ਰੰਗ ਬਦਲ ਜਾਂਦਾ ਹੈ। ਤੁਹਾਨੂੰ ਇਸ ਫੈਕਟ ਦੇ ਉੱਪਰ ਯਕੀਨ ਨਹੀਂ ਹੋਵੇਗਾ ਕਿ ਪੰਜ ਲੋਕਾਂ ਨੂੰ 8000 ਸਾਲ ਦੇ ਲਈ ਇਸ ਗੇਮ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ ਹੈ। ਕੋਜਾ ਹੋਰੀਜਨ ਤੇ 4 ਲੋਕਾਂ ਨੇ ਇੱਕ ਗੇਮ ਦੇ ਵਿੱਚ ਕਿਮ ਜੋਂਗ ਉਨ ਦਾ ਮਜ਼ਾਕ ਉਡਾਉਂਦੇ ਹੋਏ ਇੱਕ ਕਾਰ ਨੂੰ ਡਿਜ਼ਾਈਨ ਕੀਤਾ ਸੀ। ਉਹਨਾਂ ਦੇ ਇਸ ਕੰਮ ਦੇ ਲਈ ਕਿੰਗ ਜੋਂਗ ਉਨ ਨੇ ਗੇਮ ਕੰਪਨੀ ਨੂੰ ਕਹਿ ਕੇ ਉਹਨਾਂ ਨੂੰ 8000 ਸਾਲ ਦੇ ਲਈ ਇਸ ਗੇਮ ਦੇ ਵਿੱਚੋਂ ਬੈਨ ਕਰਵਾ ਦਿੱਤਾ। ਤੁਸੀਂ ਇਹ ਜਿਹੜੀ ਫੋਟੋ ਦੇਖ ਰਹੇ ਹੋ, ਤੁਹਾਨੂੰ ਇਸ ਦੇ ਵਿੱਚ ਬਿੰਗੀਆਂ ਟੇਢੀਆਂ ਲਾਈਨਾਂ ਦਿਸ ਰਹੀਆਂ ਹੋਣਗੀਆਂ, ਪਰ ਤੁਸੀਂ ਸਾਨੂੰ ਇਸ ਫੋਟੋ ਦੇ ਵਿੱਚੋਂ ਇੱਕ ਵੀ ਬਿੰਗੀ ਟੇਢੀ ਲਾਈਨ ਲੱਭ ਕੇ ਦਿਖਾਓ, ਤੁਹਾਨੂੰ ਕੋਈ ਵੀ ਬਿੰਗੀ ਟੇਢੀ ਲਾਈਨ ਨਹੀਂ ਮਿਲੇਗੀ। ਇਹ ਸਾਰੀਆਂ ਲਾਈਨਾਂ ਸਿੱਧੀਆਂ ਨੇ, ਇਹ ਦੇਖਣ ਦੇ ਵਿੱਚ ਹੀ ਅਜਈਆਂ ਲੱਗਦੀਆਂ ਨੇ, ਪਰ ਹੈ ਇਹ ਬਿਲਕੁਲ ਸਿੱਧੀਆਂ। ਇਹ ਇੱਕ ਕਮਾਲ ਦਾ ਆਪਟੀਕਲ ਇਲੂਜ਼ਨ ਹੈ। ਮੱਛਰ ਦੇ ਕੱਟਣ ਦੇ ਨਾਲ ਸਾਨੂੰ ਖੁਜਲੀ ਹੁੰਦੀ ਹੈ, ਉਸ ਤੋਂ ਬਚਣ ਲਈ ਤੁਸੀਂ ਇਹ ਉਪਾਅ ਕਰ ਸਕਦੇ ਹੋ, ਤੁਹਾਨੂੰ ਜਿਸ ਜਗ੍ਹਾ ਤੇ ਮੱਛਰ ਨੇ ਕੱਟਿਆ ਹੈ ਤੁਸੀਂ ਉਸ ਜਗ੍ਹਾ ਤੇ ਡਿਓਡਰੈਂਟ ਲਗਾ ਲਓ। ਇਸ ਨੂੰ ਲਗਾਉਣ ਦੇ ਨਾਲ ਤੁਹਾਨੂੰ ਬਿਲਕੁਲ ਵੀ ਖੁਜਲੀ ਨਹੀਂ ਹੋਵੇਗੀ, ਕਿਉਂਕਿ ਜੋ ਡਿਓਡਰੈਂਟ ਹੁੰਦਾ ਹੈ ਉਹ ਮੱਛਰ ਦੇ ਸਾਰੇ ਬੈਕਟੀਰੀਆ ਨੂੰ ਮਾਰ ਦਿੰਦਾ ਹੈ। ਬ੍ਰਾਜ਼ੀਲ ਦੇ ਵਿੱਚ ਇੱਕ ਵਕੀਲ ਸੀ ਜਿਹੜਾ ਕਿ ਇਹ ਦਿਖਾਉਣਾ ਚਾਹੁੰਦਾ ਸੀ ਕਿ ਉਸਦੀ ਬਿਲਡਿੰਗ ਦਾ ਸ਼ੀਸ਼ਾ ਟੁੱਟ ਨਹੀਂ ਸਕਦਾ। ਇਸ ਨੂੰ ਸਾਬਤ ਕਰਨ ਦੇ ਲਈ ਉਹ ਫੁੱਲ ਸਪੀਡ ਦੇ ਨਾਲ ਭੱਜ ਕੇ ਆਪਣੀ ਬਿਲਡਿੰਗ ਦੇ ਗਲਾਸ ਦੇ ਵਿੱਚ ਜਾ ਕੇ ਬਚਿਆ। ਉਸਦੇ ਵੱਜਣ ਦੇ ਨਾਲ ਵਿੰਡੋ ਦਾ ਸ਼ੀਸ਼ਾ ਤਾਂ ਨਹੀਂ ਟੁੱਟਿਆ ਕਿਉਂਕਿ ਉਹ ਅਨਬ੍ਰੇਕੇਬਲ ਸੀ, ਪਰ ਉਹ ਇੰਨੇ ਜ਼ੋਰ ਦੀ ਵੱਜਿਆ ਕਿ ਉਸਨੇ ਉਹ ਸ਼ੀਸ਼ੇ ਨੂੰ ਉਸਦੇ ਫਰੇਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਇਹ ਆਦਮੀ ਉਸ ਕੱਚ ਦੇ ਸ਼ੀਸ਼ੇ ਨਾਲ ਹੀ 13ਵੀਂ ਮੰਜ਼ਲ ਤੋਂ ਥੱਲੇ ਡਿੱਗ ਗਿਆ ਤੇ ਇਸ ਦੀ ਮੌਤ ਹੋ ਗਈ। ਇੱਕ ਵਾਰ ਦੋ ਸਾਈਕੋਲੋਜਿਸਟ ਨੇ ਇੱਕ ਛੋਟੇ ਜਿਹੇ ਬੱਚੇ ਅਤੇ ਇੱਕ ਚਪਿੰਜੀ ਜਿਹੇ ਛੋਟੇ ਜਿਹੇ ਬੱਚੇ ਨੂੰ ਕੁਝ ਦਿਨਾਂ ਦੇ ਲਈ ਇਕੱਠੇ ਰੱਖਿਆ। ਉਹ ਇਹ ਦੇਖਣਾ ਚਾਹੁੰਦੇ ਸਨ ਕਿ ਇਨਸਾਨ ਦੇ ਬੱਚੇ ਦੇ ਨਾਲ ਰਹਿ ਕੇ ਕੀ ਚਪਿੰਜੀ ਇਨਸਾਨਾਂ ਵਰਗਾ ਵਿਵਹਾਰ ਕਰਨ ਲੱਗ ਜਾਵੇਗਾ, ਪਰ ਫਿਰ ਇਹ ਐਕਸਪੈਰੀਮੈਂਟ ਦੇ ਸ਼ੁਰੂ ਹੋਣ ਤੋਂ 9 ਮਹੀਨੇ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ, ਕਿਉਂਕਿ 9 ਮਹੀਨਿਆਂ ਦੇ ਵਿੱਚ ਚਪਿੰਜੀ ਤਾਂ ਵੈਸੇ ਦਾ ਵੈਸਾ ਹੀ ਰਿਹਾ, ਪਰ ਜਿਹੜਾ ਇਨਸਾਨ ਦਾ ਬੱਚਾ ਸੀ ਉਹ ਚਪਿੰਜੀ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਗਿਆ ਸੀ। ਜਦੋਂ ਉਸਾਮਾ ਬਿਨ ਲਦੇਨ ਨੂੰ ਫੜਿਆ ਗਿਆ ਉਦੋਂ ਉਸਦੀ ਹਰ ਇੱਕ ਚੀਜ਼ ਚੈੱਕ ਕੀਤੀ ਗਈ, ਉਸਦੇ ਕੋਲੋਂ ਜਿਹੜਾ ਕੰਪਿਊਟਰ ਜ਼ਬਤ ਕੀਤਾ ਗਿਆ ਸੀ, ਜਦੋਂ ਉਸਨੂੰ ਚੈੱਕ ਕੀਤਾ ਗਿਆ ਤਾਂ ਉਸਦੇ ਵਿੱਚੋਂ ਇੱਕ ਫਿਲਮ ਵੀ ਮਿਲੀ ਸੀ। ਇਸ ਫਿਲਮ ਦਾ ਟਾਈਟਲ ਸੀ ਵੇਅਰ ਇਨ ਦਾ ਵਰਲਡ ਇਨ ਉਸਾਮਾ ਬਿਨ ਲਦੇਨ। ਇਹ ਇੱਕ ਫੇਮਸ ਡਾਕੂਮੈਂਟਰੀ ਸੀ ਜਿਹੜੀ ਕਿ ਉਸਾਮਾ ਬਿਨ ਲਦੇਨ ਦੇ ਉੱਪਰ ਬਣੀ ਹੋਈ ਸੀ ਤੇ ਇਸ ਡਾਕੂਮੈਂਟਰੀ ਨੂੰ ਖੁਦ ਉਸਾਮਾ ਬਿਨ ਲਦੇਨ ਦੇਖਿਆ ਕਰਦਾ ਸੀ। ਇਹ ਫੈਕਟ ਨੂੰ ਜਾਣਨ ਤੋਂ ਬਾਅਦ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ, ਕਿਉਂਕਿ ਜਿਹੜਾ ਇਹ ਬੇਬੀ ਐਲੀਫੈਂਟ ਹੈ ਇਸ ਨੂੰ ਜੰਗਲ ਦੇ ਵਿੱਚੋਂ ਚੱਕ ਕੇ ਜ਼ੂ ਦੇ ਵਿੱਚ ਲਿਆਂਦਾ ਗਿਆ ਸੀ, ਤੇ ਜਦੋਂ ਦਾ ਇਹ ਜ਼ੂ ਦੇ ਵਿੱਚ ਆਇਆ ਹੈ ਉਦੋਂ ਤੋਂ ਇਸ ਤਰ੍ਹਾਂ ਆਪਣੀ ਪੂਛ ਨੂੰ ਫੜ ਕੇ ਖੜਦਾ ਹੈ। ਅਸਲ ਦੇ ਵਿੱਚ ਜੰਗਲ ਦੇ ਵਿੱਚ ਇਹ ਛੋਟੇ ਹਾਥੀ ਦਾ ਪਰਿਵਾਰ ਇਸ ਦੀ ਪੂਛ ਨੂੰ ਫੜ ਕੇ ਚੱਲਦਾ ਸੀ ਤਾਂ ਕਿ ਇਸ ਨੂੰ ਸ਼ਿਕਾਰੀਆਂ ਤੋਂ ਬਚਾਇਆ ਜਾ ਸਕੇ, ਇਸ ਲਈ ਇਹ ਬੇਬੀ ਐਲੀਫੈਂਟ ਅਜਿਹਾ ਕਰ ਰਿਹਾ ਹੈ। ਸਾਊਥ ਕੋਰੀਆ ਦੇ ਵਿੱਚ ਬਲੂ ਜੀਨ ਨੂੰ ਪਾਉਣਾ ਬੈਨ ਹੈ, ਕਿਉਂਕਿ ਇਹ ਇੱਕ ਤਰ੍ਹਾਂ ਦਾ ਅਮਰੀਕਾ ਦੀ ਡੈਮੋਨੇਸ਼ਨ ਦੀ ਪ੍ਰਤੀਕ ਹੈ, ਇਸ ਲਈ ਕੋਈ ਵੀ ਜੇਕਰ ਇੱਥੇ ਬਲੂ ਜੀਨ ਪਾ ਕੇ ਘੁੰਮਦਾ ਹੈ ਤਾਂ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤੇ ਜੇਕਰ ਇੱਥੇ ਕੋਈ ਟੂਰਿਸਟ ਬਲੂ ਜੀਨ ਪਾ ਕੇ ਘੁੰਮਦਾ ਹੈ ਤਾਂ ਉਸ ਨੂੰ ਫਾਈਨ ਲਗਾਇਆ ਜਾਂਦਾ ਹੈ ਤੇ ਦੁਬਾਰਾ ਅਜਿਹਾ ਕਰਨ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ। ਜੇਕਰ ਤੁਹਾਨੂੰ ਕੋਈ ਪਾਣੀ ਦੇ ਵਿੱਚ ਡੁੱਬਦਾ ਹੋਇਆ ਕੰਗਾਰੂ ਦਿਖਾਈ ਦਿੰਦਾ ਹੈ ਤਾਂ ਉਸ ਦੀ ਮਦਦ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਪਾਣੀ ਦੇ ਵਿੱਚ ਇਸ ਤਰ੍ਹਾਂ ਬੈਠੇ ਰਹਿੰਦੇ ਨੇ ਕਿ ਦੇਖਣ ਨੂੰ ਲੱਗਦਾ ਹੈ ਕਿ ਜਿਵੇਂ ਉਹ ਡੁੱਬ ਰਹੇ ਨੇ, ਤੇ ਜੇਕਰ ਕੋਈ ਉਹਨਾਂ ਦੀ ਮਦਦ ਕਰਨ ਦੇ ਲਈ ਆਉਂਦਾ ਹੈ ਤਾਂ ਇਹ ਉਸ ਨੂੰ ਡੁਬੋ ਕੇ ਮਾਰ ਦਿੰਦੇ ਨੇ। ਕੰਗਾਰੂ ਪਹਿਲਾਂ ਹੀ ਇੰਨੇ ਜ਼ਿਆਦਾ ਸਟਰੋਂਗ ਹੁੰਦੇ ਨੇ, ਉੱਪਰੋਂ ਜਦੋਂ ਉਹ ਪਾਣੀ ਦੇ ਵਿੱਚ ਹੋਣ ਤਾਂ ਤੁਸੀਂ ਉਹਨਾਂ ਦਾ ਕੁਝ ਵੀ ਨਹੀਂ ਵਿਗਾੜ ਸਕਦੇ। ਬੁਰਜ ਖਲੀਫਾ ਦੀ 18ਵੀਂ ਮੰਜ਼ਿਲ ਤੇ ਜਿਹੜੇ ਮੁਸਲਮਾਨ ਰਹਿੰਦੇ ਨੇ ਉਹਨਾਂ ਨੂੰ ਆਮ ਮੁਸਲਮਾਨਾਂ ਦੇ ਨਾਲੋਂ ਰੋਜ਼ਾ ਤੋੜਨ ਦੇ ਵਿੱਚ 4 ਤੋਂ 5 ਮਿੰਟ ਜ਼ਿਆਦਾ ਲੱਗਦੇ ਨੇ, ਕਿਉਂਕਿ ਬੁਰਜ ਖਲੀਫਾ ਇੰਨਾ ਜ਼ਿਆਦਾ ਉੱਚਾ ਹੈ, ਉੱਥੋਂ ਸੂਰਜ ਕਾਫੀ ਟਾਈਮ ਬਾਅਦ ਤੱਕ ਵੀ ਦਿਖਾਈ ਦਿੰਦਾ ਰਹਿੰਦਾ ਹੈ। ਇੱਥੋਂ ਤੁਸੀਂ ਬੁਰਜ ਖਲੀਫਾ ਦੀ ਉਚਾਈ ਦਾ ਅੰਦਾਜ਼ਾ ਆਪ ਲਗਾ ਸਕਦੇ ਹੋ। ਇਸ ਆਦਮੀ ਨੇ ਭੀਖ ਮੰਗਣ ਦਾ ਇੱਕ ਨਵਾਂ ਕਮਾਲ ਦਾ ਤਰੀਕਾ ਬਣਾਇਆ ਹੈ। ਇਸ ਆਦਮੀ ਨੇ ਇੱਕ ਬੋਰਡ ਫੜ ਕੇ ਰੱਖਿਆ ਹੋਇਆ ਜਿਸ ਦੇ ਉੱਪਰ ਇਸ ਨੇ ਲਿਖਿਆ ਹੈ ਕਿ ਕਿਹੜੇ ਧਰਮ ਦੇ ਲੋਕ ਉਸ ਨੂੰ ਸਭ ਤੋਂ ਵੱਧ ਭੀਖ ਦਿੰਦੇ ਨੇ, ਤੇ ਆਪਣੇ ਅੱਗੇ ਇਸ ਨੇ ਅਲੱਗ ਅਲੱਗ ਧਰਮਾਂ ਦਾ ਨਾਮ ਰੱਖ ਕੇ ਬਾਉਲ ਰੱਖੇ ਹੋਏ ਨੇ, ਤੇ ਇਹ ਇਨਸਾਨ ਲੋਕਾਂ ਦੇ ਇਮੋਸ਼ਨ ਨੂੰ ਪੈਸਾ ਕਮਾਉਣ ਦੇ ਲਈ ਵਰਤਦਾ ਹੈ। ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਜ਼ਿਆਦਾ ਗਲਤ ਤਰੀਕਾ ਹੈ, ਪਰ ਇੱਕ ਗੱਲ
ਨੀਦਰਲੈਂਡ ਦੇ ਵਿੱਚ ਇੱਕ ਟ੍ਰੇਨ ਦੇ ਬ੍ਰੇਕ ਖਰਾਬ ਹੋ ਗਏ ਸਨ ਜਿਸ ਦੇ ਕਾਰਨ ਇਹ ਟ੍ਰੇਨ ਰੁਕ ਨਹੀਂ ਰਹੀ ਸੀ ਤੇ ਟ੍ਰੇਨ ਦੇ ਲਾਸਟ ਸਟੇਸ਼ਨ ਤੋਂ ਬਾਅਦ ਸਿੱਧਾ ਹਾਈਵੇ ਸੀ। ਇਹ ਟ੍ਰੇਨ ਹਾਈਵੇ ਦੇ ਉੱਪਰ ਜਾ ਕੇ ਡਿੱਗਣ ਵਾਲੀ ਹੀ ਸੀ ਪਰ ਇਹ ਇੱਕ ਵੇਲ ਮੱਛੀ ਦੀ ਮੂਰਤੀ ਦੇ ਨਾਲ ਟਕਰਾ ਕੇ ਰੁਕ ਗਈ ਜਿਹੜੀ ਕਿ ਇਸ ਦੇ ਟਰੈਕ ਦੇ ਉੱਪਰ ਲਾਸਟ ਦੇ ਉੱਪਰ ਲੱਗੀ ਹੋਈ ਸੀ। ਪਿਛਲੇ ਸਾਲ ਦਸੰਬਰ ਦੇ ਵਿੱਚ ਨਾਰਥ ਕੋਰੀਆ ਨੇ ਆਪਣੇ ਲੋਕਾਂ ਦੇ ਉੱਪਰ ਹੱਸਣ ਦੇ ਉੱਪਰ ਬੈਨ ਲਗਾ ਦਿੱਤਾ ਸੀ। ਅਸਲ ਦੇ ਵਿੱਚ 10 ਦਸੰਬਰ ਨੂੰ ਕਿੰਗ ਜੋਂਗ ਉਨ ਦੇ ਪਿਤਾ ਕਿੰਗ ਜੋਂਗ ਲੀ ਦੀ ਮੌਤ ਹੋਈ ਸੀ। ਇਸ ਲਈ ਕਿੰਗ ਜੋਂਗ ਉਨ ਨੇ ਇਹ ਰੂਲ ਬਣਾ ਦਿੱਤਾ ਕਿ ਕੋਈ ਵੀ ਦਸੰਬਰ ਦੇ ਵਿੱਚ 11 ਦਿਨਾਂ ਤੱਕ ਬਿਲਕੁਲ ਵੀ ਨਹੀਂ ਹੱਸੇਗਾ, ਕੋਈ ਵੀ ਕਿਸੇ ਤਰ੍ਹਾਂ ਦੀ ਡਰਿੰਕ ਨਹੀਂ ਕਰੇਗਾ ਤੇ ਨਾ ਹੀ ਕੋਈ ਜਸ਼ਨ ਮਨਾਏਗਾ। ਜਿਸ ਹਾਲਤ ਦੇ ਵਿੱਚ ਉੱਥੋਂ ਦੇ ਲੋਕ ਰਹਿੰਦੇ ਨੇ ਸਾਨੂੰ ਨਹੀਂ ਲੱਗਦਾ ਕਿ ਉਹ ਕਦੇ ਹੱਸਦੇ ਵੀ ਹੋਣਗੇ। ਜੇਕਰ ਤੁਸੀਂ ਵੀ ਕਦੇ ਖੜੇ ਹੋ ਕੇ ਪਾਣੀ ਪੀਂਦੇ ਹੋ ਤਾਂ ਤੁਹਾਡੇ ਘਰ ਦੇ ਵਿੱਚੋਂ ਵੀ ਕਿਸੇ ਵੱਡੇ ਨੇ ਜ਼ਰੂਰ ਕਿਹਾ ਹੋਵੇਗਾ ਕਿ ਖੜੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ। ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰਕਾਰ ਖੜੇ ਹੋ ਕੇ ਪਾਣੀ ਪੀਣ ਦੇ ਨਾਲ ਹੁੰਦਾ ਕੀ ਹੈ। ਸਭ ਤੋਂ ਪਹਿਲਾਂ ਤਾਂ ਇਸ ਦਾ ਨੁਕਸਾਨ ਇਹ ਹੈ ਕਿ ਜਦੋਂ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਸਾਡਾ ਸਰੀਰ ਕੁਝ ਸਮੇਂ ਦੇ ਲਈ ਸਾਹ ਲੈਣਾ ਬੰਦ ਕਰ ਦਿੰਦਾ ਹੈ। ਇਸ ਦੇ ਨਾਲ ਸਾਡੇ ਫੇਫੜਿਆਂ ਤੇ ਹਾਰਟ ਦੇ ਉੱਪਰ ਅਸਰ ਪੈਂਦਾ ਹੈ ਤੇ ਦੂਜਾ ਇਸ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਖੜੇ ਹੋ ਕੇ ਪਾਣੀ ਪੀਂਦੇ ਹਾਂ ਤਾਂ ਸਾਡੀ ਬਾਡੀ ਦਾ ਕੈਮੀਕਲ ਬੈਲੈਂਸ ਵਿਗੜ ਜਾਂਦਾ ਹੈ ਜਿਸ ਦੇ ਨਾਲ ਸਾਨੂੰ ਗੋਡਿਆਂ ਦੇ ਵਿੱਚ ਦਰਦ ਹੋਣ ਲੱਗਦਾ ਹੈ। ਖੜੇ ਹੋ ਕੇ ਪਾਣੀ ਪੀਣ ਦੇ ਹੋਰ ਵੀ ਕਈ ਅਲੱਗ-ਅਲੱਗ ਸੀਰੀਅਸ ਸਾਈਡ ਇਫੈਕਟ ਹਨ। ਤੁਹਾਨੂੰ ਪਾਣੀ ਹਮੇਸ਼ਾ ਬੈਠ ਕੇ ਆਰਾਮ ਦੇ ਨਾਲ ਤੇ ਹੌਲੀ-ਹੌਲੀ ਪੀਣਾ ਚਾਹੀਦਾ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਪਲੇਨ ਦੇ ਵਿੱਚ ਬੈਠ ਕੇ 에ਅਰਪਲੇਨ ਮੋਡ ਆਨ ਨਾ ਕਰੀਏ ਤਾਂ ਕੀ ਹੋਵੇਗਾ। ਮੇਰੇ ਖਿਆਲ ਦੇ ਵਿੱਚ ਤੁਹਾਨੂੰ ਅਜਿਹਾ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਦੇ ਨਾਲ ਹਾਲਾਤ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੇ ਨੇ। ਦੇਖਿਆ ਜਾਵੇ ਤਾਂ ਇਹ ਇੰਨੀ ਸੀਰੀਅਸ ਗੱਲ ਨਹੀਂ ਹੈ ਪਰ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਸਾਡੇ ਸਿਗਨਲ ਟਾਵਰ ਦੇ ਸਿਗਨਲ ਦੇ ਵਿਚਾਲੇ ਆ ਜਾਂਦੇ ਨੇ। ਇਸ ਕਾਰਨ ਜੇਕਰ ਪਾਇਲਟ ਨੇ ਮੇਨ ਆਫਿਸ ਤੋਂ ਆਰਡਰ ਲੈਣਾ ਹੋਵੇ ਤਾਂ ਉਸ ਨੂੰ ਪ੍ਰੋਬਲਮ ਆ ਸਕਦੀ ਹੈ। ਕਈ ਵਾਰ ਅਜਿਹਾ ਵੀ ਦੇਖਿਆ ਗਿਆ ਕਿ ਮੋਬਾਈਲ ਦੀ ਵਜ੍ਹਾ ਦੇ ਨਾਲ ਪਾਇਲਟ ਦੇ ਹੈੱਡਫੋਨ ਦੇ ਵਿੱਚ ਵੀ ਪ੍ਰੋਬਲਮ ਆਈ ਹੈ ਤੇ ਉਸ ਨੂੰ ਕਮਿਊਨੀਕੇਸ਼ਨ ਦੇ ਵਿੱਚ ਪ੍ਰੋਬਲਮ ਆਈ ਹੈ। ਇਸ ਲਈ ਪਲੇਨ ਦੇ ਵਿੱਚ ਬੈਠ ਕੇ ਹਮੇਸ਼ਾ 에ਅਰਪਲੇਨ ਮੋਡ ਨੂੰ ਆਨ ਕਰਨਾ ਚਾਹੀਦਾ ਹੈ। ਹੁਣ ਤੁਹਾਨੂੰ ਕੁਝ ਇੰਟਰਸਟਿੰਗ ਛੋਟੇ ਛੋਟੇ ਫੈਕਟ ਦੱਸਦੇ ਹਾਂ। ਸਪਾਈਡਰਮੈਨ ਮੂਵੀ ਦਾ ਇਹ ਸੀਨ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਵੇਗਾ ਜਿਸ ਦੇ ਵਿੱਚ ਪੀਟਰ ਪਾਰਕਰ ਹਵਾ ਦੇ ਵਿੱਚ ਉੱਡਰੀਆਂ ਖਾਣੇ ਦੀਆਂ ਚੀਜ਼ਾਂ ਨੂੰ ਇੱਕ ਤਰ੍ਹਾਂ ਦੇ ਨਾਲ ਪਲੇਟ ਦੇ ਵਿੱਚ ਟਿਕਾ ਦਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਸਪਾਈਡਰਮੈਨ ਦੇ ਐਕਟਰ ਟੋਬੇ ਮਕਲਾਏ ਨੇ ਸੱਚਮੁੱਚ ਅਜਿਹਾ ਕੀਤਾ ਸੀ? ਉਹਨਾਂ ਨੇ ਅਜਿਹਾ ਕਰਦੇ ਲਈ 156 ਵਾਰ ਇਸ ਨੂੰ ਟਰਾਈ ਕੀਤਾ ਸੀ ਤੇ ਉਸ ਤੋਂ ਬਾਅਦ ਇਸ ਨੂੰ ਸਕਸੈਸਫੁਲੀ ਕਰ ਦਿੱਤਾ। ਇਹ ਜੋ ਤੁਹਾਨੂੰ ਦਿਸ ਰਿਹਾ ਹੈ ਇਹ ਦੁਨੀਆ ਦਾ ਸਭ ਤੋਂ ਭਾਰਾ ਆਦਮੀ ਹੈ ਤੇ ਇਸ ਦਾ ਵਜ਼ਨ 635 ਕਿਲੋਗ੍ਰਾਮ ਸੀ। ਤੇ ਇੱਥੇ ਸਭ ਤੋਂ ਸ਼ੌਕਿੰਗ ਗੱਲ ਇਹ ਹੈ ਕਿ ਇਸ ਨੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਆਪਣਾ ਵੇਟ ਘਟਾਇਆ ਵੀ ਹੈ। ਇਸ ਨੇ 419 ਗ੍ਰਾਮ ਆਪਣਾ ਵੇਟ ਘੱਟ ਕੀਤਾ ਹੈ ਜੋ ਕਿ ਅੱਜ ਤੱਕ ਦੁਨੀਆ ਦੇ ਵਿੱਚ ਕਿਸੇ ਨੇ ਵੀ ਨਹੀਂ ਕੀਤਾ। ਹਾਂਜੀ, ਕੁਝ ਰੌਚਕ ਤੱਥ ਜਿਸ ਦੁਨੀਆ ਦੇ ਵਿੱਚ ਆਪਾਂ ਰਹੇ ਨੇ ਉਸ ਦੇ ਬਾਰੇ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ ਫੇਸਬੁੱਕ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।